ਪਹਿਲਾਂ ਵੀ ਭਾਣੇ ਤੇ ਪਰਚੇ ਦਰਜ ਹੋਣਾ ਦਵਣਾ ਨਾਲ ਕਰ ਪਰਚਾ ਦਰਜ ਗ੍ਰਾਹਕ ਕਤਲ ਭਾਣੇ ਦਾ ਮੈਨੂੰ ਕੀ ਕਹਿਣਾ ਸੀਗਾ ਬੋਲੋ ਬਾਈ ਹੁਣ ਕਿਹੜਾ ਬੋਲਦਾ ਸੱਚ ਸਰਕਾਰ ਕਿੱਥੇ ਸੁੱਤੀ ਪਈ ਆ ਤੈਨੂੰ ਉੱਤਰੀ ਬੁਲਾ ਰਿਹਾ ਬਾਈ ਨਾ ਥੱਲੇ ਆ ਯਾਰ ਥੱਲੇ ਪ੍ਰੈਸ ਚ ਕਰਾਂਗੇ ਗੱਲ ਮੈਨੂੰ ਕੀ ਕਹਿਣਾ ਸੀਗਾ ਤੁਸੀਂ ਵੀ ਜਾਓ ਜਿਹੜਾ ਲੈਣੇ ਨੇ ਜਾਓ ਤਾਂ ਭੈਣੇ ਇੱਧਰ ਬੋਲ ਆ ਕੇ ਜਿਹੜਾ ਪੈਸੇ ਨੇ ਇਹਨਾਂ ਦੇ ਕਿੱਥੇ ਨੇ ਬੰਦੇ ਆਏ ਜੀ ਸੁਣ ਬਾਈ ਗੱਲ ਇਹਦੀ ਪੂਰੀ ਗੱਲ ਪਹੁੰਚਾ ਨਾ ਨਾ ਜਿਹੜੇ ਉਹਦੇ ਦਵਾਉਣੇ ਨੇ ਅੱਜ 2 ਘੰਟੇ ਹੋ ਰਹੀਆਂ ਹਾਂ ਦੱਸੋ ਬਾਈ ਕਿਹੜਾ ਹੋ ਰਿਹਾ ਉਮਰ ਹਾਂਜੀ ਆਵਣਾ ਉਹ ਜਾ ਗੋਪੀ ਉੱਥੇ ਮਾਣ ਪਿਆ ਉੱਥੇ ਇਹਨੂੰ ਦੱਸ ਕੀ ਉੱਤਰੇ ਮੁੜਦੇ ਨੀ ਪ੍ਰੋਬਲਮ ਭੇਜ ਇਹਨੂੰ ਵੀ ਦੁਬਾਰੇ ਜਾਵੇ ਸਵਾਜਾ ਬਾਈ ਆ ਜਾ ਵੀਰ ਮੇਰਿਆ ਸਾਢੇ 5 ਲੱਖ ਮੇਰੀ ਗੱਲ ਸੁਣ ਬਾਈ ਇੱਕ ਮਿੰਟ ਪੂਰਾ ਮੇਰੀ ਗੱਲ ਸੁਣ 5.5 ਦਾ 5.5 ਮੋੜ ਕੁੜੀਏ ਗੱਲ ਸੁਣ ਇੱਥੇ ਬਾਹਰ ਕਿਉਂ ਨੀ ਬੈਠ ਸਕਦੀ ਬੈਠ ਬਾਜੀ ਰਾਹ ਪੰਜਾਬ ਦਿੱਤੀ ਬੈਠੀ ਬੈਠ ਬੈਠੂ
ਜਿਉਂਦੀ ਬਾਜੀ ਰਹਿ ਆ ਬੈਠੀ ਆ ਲਿਆਵਾਂ ਨਾਲੇ ਪੈਸੇ ਵਾਪਸ ਕਰੋ ਕੁੜੀ ਦੇ ਪੂਰੇ ਵੇ ਫਿਰ ਜਾਵਾਂਗੇ ਜੁਨਾ ਟਾਈਮ ਨਹੀਂ ਜਾਂਦੇ ਆ ਬੈਠੇ ਪ੍ਰਸ਼ਾਸਨ ਨੂੰ ਬੇਨਤੀ ਆ ਆਵੇ ਉਰੇ ਡੀਐਸਪੀ ਵੀ ਮੇਰਾ ਲਾਈਵ ਦੇਖਣ ਲੱਗਾ ਹੋ ਇਹ ਆ ਕੇ ਸਾਰਾ ਗੁੰਡਾ ਬਾਜ਼ਾਰ ਬੰਦ ਕਰਾ ਨਹੀਂ ਆ ਪੈਸੇ ਦੇ ਪੈਸੇ ਗੱਲ ਖਤਮ ਆ ਦਿਖਾ ਸਾਰੇ ਲੋਕ ਖੜੇ ਦਿਖਾ ਦੇ ਆ ਦੇਖ ਉਹਨਾਂ ਨਾਲ ਫੋਨ ਆਇਆ ਮੈਂ ਨੌਲ ਦੀ ਵਿੱਚ ਇਹਦੇ ਇਹਦੇ ਕਰਕੇ ਫੋਨ ਆਇਆ ਮੈਨੂੰ ਫੋਨ ਨਾ ਕਰੋ ਇਹਦੇ ਕਰਕੇ ਮੈਨੂੰ ਫੋਨ ਨਾ ਕਰੋ ਕੋਈ ਇਸ ਬੰਦੇ ਕਰਕੇ ਮੈਨੂੰ ਫੋਨ ਨਾ ਕਰੋ ਸਾਰੇ ਬੰਦੇ ਸ਼ਿਕਾਰ ਸਮਾਂ ਕਿਸੇ ਦੀ ਮੰਨਣ ਵਾਲਾ ਨਹੀਂ ਹੈਗਾ ਮੇਰਾ ਅਸਲ ਦੇ ਵਿੱਚ ਮੇਰਾ ਬਲੱਡ ਪ੍ਰੈਸ਼ਰ ਠੰਡਾ ਹੀ ਹੁੰਦਾ ਹੋਊ ਤੁਹਾਨੂੰ ਕੁੜੀ ਆ ਕੇ ਪਬਲਿਕ ਤੌਰ ਤੇ ਮਾਫੀ ਮੰਗੋ ਉਹਨਾਂ ਟਾਈਮ ਮੈਨੂੰ ਜੋ ਮਰਜ਼ੀ ਹੋ ਗੱਲ ਬੋਲਦੇ ਕੀ ਕਹਿੰਦੇ ਕੁੜੀਆਂ ਕਿਹੜਾ ਪਿੰਡ ਕਰਾ ਮੈਂ ਗੱਲ ਕਹਿਣਾ ਪਰਿਵਾਰ ਤੂੰ ਮੇਰਾ ਲਾਈਵ ਦੇਖੀ ਕਰਵਾਉਣ ਨੂੰ ਕੋਸ਼ਿਸ਼ ਕਰ ਰਿਹਾ ਆ ਸੁਣ ਲਓ ਮੇਰੀ ਗੱਲ ਸਾਰੇ ਧਿਆਨ ਨਾਲ ਜਿੰਨੇ ਵੀ ਇਹ ਗੱਲ ਰਹੇ ਬੰਦੇ ਗੱਲ ਸੁਣਦੇ ਤੇ ਗਰੁੱਪ ਬਣਾਈ ਖੜਾ ਆ ਰਹੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲਓ ਆ ਕੇ ਅੱਜ ਸਵਾਲ ਤੂੰ ਵੀ ਕਿਉਂ ਯਾਰ ਕਿਸੇ ਦੀ ਕਿਆ ਹੱਕ ਲਾ ਦੀ ਨਾ ਕਰੋ ਬਾਈ ਯਾਰ ਬਹੁਤ ਪੈਸਾ ਮੁਸ਼ਕਲ ਬਣਦਾ ਯਾਰ ਤੁਹਾਨੂੰ ਮਿਲਦਾ ਕੀ ਆ ਮੈਂ ਦੋਨੇ ਪੱਖ ਸੁਣ ਕੇ ਲਿਆ ਪਰ ਉਹਨੂੰ ਲਿਆ ਸੁਣਾ ਦੇ ਬਾਈ ਸਾ ਸੁਣ ਲਾ ਸੁਣ ਲਾ ਸੁਣ ਮੈਂ ਨਹੀਂ ਉੱਪਰ ਆਉਂਦਾ ਮੈਂ ਉੱਪਰ ਨਹੀਂ ਆਉਂਦਾ ਇੱਥੇ ਲਿਆ ਉਹਨੂੰ ਬੋਰੀ ਬਿਸਤਰਾ ਬੰਦ ਕਰਕੇ ਸਾਰਾ ਕੁਝ ਭੱਜ ਵਪਾਰ ਹੈ ਕੀ ਆ ਸਭ ਤੋਂ ਪਹਿਲਾਂ ਮੈਂ ਵਪਾਰ ਬਾਰੇ ਪੂਰਾ ਦੱਸਦਾ ਜਿੰਨੇ ਵੀ ਮੋਹਾਲੀ ਚੰਡੀਗੜ੍ਹ ਜਾਂ ਲੁਧਿਆਣੇ ਦੇ ਵਿੱਚ ਪਟਿਆਲੇ ਦੇ ਵਿੱਚ ਜੱਟ ਬੈਠੇ ਨੇ ਇਹ ਮੇਰੇ ਸਾਹਮਣੇ ਇਹਨਾਂ ਦੀ ਗੱਲ ਸੁਣ ਲੈ ਵਪਾਰ ਕੀ ਆ ਇੱਕ ਮਿੰਟ ਵਿੱਚ ਚੁੱਪ ਇਹ ਕੀ ਕਰਦੇ ਨੇ ਬਾਈ ਚੁੱਪ ਕਰ ਜਾਓ ਯਾਰ ਗੱਲ ਕਰ ਬਾਈ ਚੁੱਪ ਕਰ ਜਾਓ ਸੁਣ ਲਓ ਗੱਲ ਇਹ ਕੀ ਕਰਦੇ ਨੇਗੇ ਇਹ ਕਹਿੰਦੇ ਨੇ ਕਿਸੇ ਦਾ 10,000-20,00,000 ਰੁਪਏ ਲੈਂਦੇ ਨੇ ਫਰਜ਼ ਕਰਾਉਣੇ ਇੰਗਲੈਂਡ ਭੇਜਣਾ ਪੈਂਦਾ ਉਹ 10,00,000 ਰੁਪਏ ਲੈ ਲਿਆ ਇਹਨਾਂ ਨੇ 10,00,000 ਰੁਪਏ ਦੇ ਵਿੱਚ ਕੀ ਕਰਦੇ ਨੇ ਉਹ ਬੰਦਾ ਟੁੱਟਿਆ ਹੋਇਆ ਹੁੰਦਾ ਉਹਨੂੰ ਕਹਿੰਦੇ ਅਸੀਂ ਤੇਰੇ ਫੰਡ ਸ਼ੋਅ ਕਰਾਂਗੇ ਮੈਨੂੰ ਇੱਕ ਮਿੰਟ ਦੱਸੋ ਇਹ ਕੀ ਕਰਦੇ ਨੇ 10,00,000 ਰੁਪਏ ਲੈ ਲਿਆ 10,00,000 ਰੁਪਏ ਤੋਂ ਬਾਅਦ ਕਹਿੰਦੇ ਨੇ ਬੈਸੀ ਫੀਸ ਭਰੋ ਜੀ ਲੋਇਰ ਫੀਸ ਭਰੋ ਇਹ ਫੀਸ ਭਰੋ ਇੱਕ ਜਿਹੜੀ ਸਭ ਤੋਂ ਵੱਡਾ ਘਪਲਾ ਜਿਹੜਾ ਇਹ ਕਹਿੰਦੇ ਨੇ ਅਸੀਂ ਫੰਡ ਸ਼ੋਅ ਕਰਨੇ ਆ ਫੰਡ ਫੁੰਡੇ ਕੋਈ ਸ਼ੋਅ ਨਹੀਂ ਕਰਦੇ ਸਾਰਾ ਕੁਝ ਜਾਲੀ ਹੈ ਉਹਦੇ ਕਰਦੇ ਨੇ ਕਿ ਇਹਦਾ 10,00,000 ਜਾਂ 20,00,000 ਰੁਪਇਆ ਬੈਂਕ ਅਕਾਊਂਟ ਸ਼ੋਅ ਕਰਨਾ ਉਹਦੇ ਵਿੱਚ ਇਹ 5% ਜਾਂ 10% ਵਿਆਜ ਲਾਉਂਦੇ ਨੇ ਲਿਆਓ ਕਾਨੂੰਨ ਦੇ ਤੌਰ ਤੇ ਕਿੱਥੇ 10% ਵਿਆਜ ਹੈ ਲਿਆਓ ਮੈਨੂੰ ਕਾਨੂੰਨ ਦਿਖਾਓ ਕਿਹੜਾ 90% ਦਾ ਬੈਂਕ ਦਾ ਵਿਆਜ ਹੈ 5-5, 10-10 ਰੁਪਏ ਵਿਆਜ ਕਿਹੜਾ ਲਾਉਂਦਾ 1,00,000 ਤੇ ਜੇ 5% ਵਿਆਜ ਲਾਉਂਦੇ ਤਾਂ 5,000 ਰੁਪਏ ਬਣਦਾ ਜੇ 10% ਦਾ 10,000 ਰੁਪਏ ਵਿਆਜ ਦਾ ਬਣਦਾ 1,00,000 ਦਾ ਇਹ ਕੀ ਕਰਦੇ ਨੇਗੇ 2 ਮਹੀਨੇ ਬੰਦੇ ਦਾ ਕਹਿੰਦਾ 10,00,000 ਰੁਪਇਆ ਕਹਿੰਦੇ ਨੇ ਅਸੀਂ ਤਰ੍ਹਾਂ ਸ਼ੋਅ ਕੀਤਾ ਜੀ 10,00,000 ਰੁਪਇਆ ਇਸ ਤਰ੍ਹਾਂ ਬੈਂਕ ਦੇ ਵਿੱਚ ਸ਼ੋਅ ਕੀਤਾ ਉਹ 10,00,000 ਰੁਪਏ ਦਾ ਵਿਆਜ ਕਿੰਨਾ ਬਣ ਗਿਆ 1,00,000 ਰੁਪਇਆ ਬਣ ਗਿਆ ਜੀ ਵਿਆਜ ਉਹ 1,00,000 ਰੁਪਏ ਜਿਹੜਾ 10,00,000 ਰੁਪਇਆ ਬੰਦੇ ਤੋਂ ਲੈਤਾ ਉਹ 'ਚੋਂ 1,00,000 ਰੁਪਏ ਉਹ ਕੱਟ ਲੈਂਦੇ ਨੇ ਇਹ ਇਸ ਤਰ੍ਹਾਂ ਪੈਸੇ ਤੇ ਕੱਟ ਕਟਾ ਕੇ 10 ਬੰਦੇ ਤੋਂ 10,00,000 ਰੁਪਇਆ ਲੈ ਲਿਆ ਅਗਲੇ ਨੂੰ 3-2,00,000 ਰੁਪਇਆ ਬੰਦੇ ਨੂੰ ਇਹ ਮੋੜ ਦੇ ਨੇ ਆਹ ਇਹਨਾਂ ਠੱਗੀ ਦਾ ਬਣ ਜਾ ਐਡਾ ਐਡਾ ਵਪਾਰ ਚਲਾਇਆ ਮੈਨੂੰ ਇੱਕ ਗੱਲ ਦੱਸੋ ਬਾਈ ਇੱਕ ਮਿੰਟ ਮੇਰੀ ਗੱਲ ਸੁਣ ਲਾ ਮੇਰੇ ਨਾਲ 2 ਜਾਂ 3 ਬੰਦੇ ਹੁੰਦੇ ਨੇ ਗੱਡੀ ਮੇਰੇ ਨਾਲ 2
ਮੈਨੂੰ ਕੋਈ ਪਹੁੰਚ ਜਾਂਦੀ ਆ ਕਿ ਅੱਜ ਖੜਾ ਭਾਨਾ ਸਿੱਧੂ ਇੱਥੇ ਪੁਲਿਸ ਆ ਨਹੀਂ ਸਕਦੀ, ਇੰਨੀ ਪੁਲਿਸ ਨਾਲ ਸੈਟਿੰਗ ਹੈ ਬੰਦੇ ਦੀ ਯਾਰ, ਕਮਾਲ ਆ ਯਾਰ ਕਿਸੇ ਦੀ ਗੱਲ ਦੀ। ਮਿੰਟ 'ਚ ਪੁਲਿਸ ਪਹੁੰਚ ਜਾਂਦੀ ਆ, 2-3 ਮਿੰਟਾਂ 'ਚ ਪੁਲਿਸ ਪਹੁੰਚਦੀ, ਅੱਜ ਪੁਲਿਸ ਪਹੁੰਚ ਨਹੀਂ ਸਕਦੀ। ਮੈਂ ਵਗ ਜੂੰਗਾ ਇੱਥੇ, ਮੇਰੇ ਕਹਿ ਤੋਂ ਪੁਲਿਸ ਆਉਂਦੀ ਨਹੀਂ, ਮੇਰੇ ਕਹਿ ਤੋਂ ਪੁਲਿਸ ਕਿਵੇਂ ਆ ਜੂਗੀ? ਇਹ ਬੰਦਾ ਆਉਂਦਾ 3 ਮਿੰਟਾਂ 'ਚ ਪੁਲਿਸ ਆ ਜਾਂਦੀ ਆ, 3 ਮਿੰਟਾਂ 'ਚ ਮੂਹਰੇ ਆਮ ਬੰਦੇ ਨੇ ਆ ਕਰਕੇ ਖੜੇ ਹੋ ਜਾਂਦੇ ਨੇਗੇ, ਬੰਦੇ ਨੂੰ ਉਹੀ ਡਰਾਈ ਜਾਂਦੇ ਨੇ ਯਾਰ ਨੋਰਮਲ ਨੂੰ ਯਾਰ। ਜੇ ਤੁਹਾਨੂੰ ਰੱਬ ਨੇ ਚੰਗੇ ਸਰੀਰ ਦਿੱਤੇ ਨੇ, ਚੰਗੀਆਂ ਸਿਹਤਾਂ ਦਿੱਤੇ ਨੇ, ਕੋਈ ਯਾਰ ਇਹੋ ਜਿਹੇ ਬੰਦੇ ਨੂੰ ਡਰਾਉਣ ਦਿੱਤੀਆਂ ਨੇਗੀਆਂ ਯਾਰ ਵੀ ਤੁਸੀਂ ਇਮਾਨਦਾਰ ਲੋਕਾਂ ਨੂੰ ਡਰਾਈ ਜਾਵੋ?